ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਪਣੇ ਹੀ ਹੱਥੀਂ ਲਾਇਆ ਨੀਂਹ ਪੱਥਰ ਤੋੜ ਦਿੱਤਾ ਹੈ। ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਰਕਾਰੀ ਅਧਿਕਾਰੀਆਂ ਨੇ ਕੋਈ ਵੀ ਕੰਮ ਨਹੀਂ ਕੀਤਾ ਅਤੇ ਬੁੱਢੇ ਨਾਲੇ ਦੀ ਜੋ ਸਫਾਈ ਦੇ ਲਈ 650 ਕਰੋੜ ਰੁਪਏ ਜਾਰੀ ਕੀਤੇ ਗਏ ਉਹਨਾਂ ਦੇ ਵਿੱਚੋਂ ਲਗਭਗ 580 ਕਰੋੜ ਰੁਪਏ ਦਿੱਤੇ ਜਾ ਚੁੱਕੇ ਨੇ, ਪਰ ਕੰਪਨੀ ਨੇ ਇੱਕ ਧੇਲੇ ਦਾ ਵੀ ਕੰਮ ਨਹੀਂ ਕੀਤਾ, ਜਿਸ ਤੋਂ ਅੱਕ ਕੇ ਇਸ ਵਿਧਾਇਕ ਨੂੰ ਇਹ ਨੀਂਹ ਪੱਥਰ ਤੋੜਨਾ ਪੈ ਗਿਆ। ਦਰਅਸਲ ਬੁੱਢੇ ਨਾਲੇ ਦੀ ਸਫਾਈ ਦੇ ਲਈ ਇੱਕ ਪ੍ਰੋਜੈਕਟ ਲਿਆਂਦਾ ਗਿਆ ਸੀ, ਜਿਸ ਦੇ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਹਿੱਸੇਦਾਰੀ ਪਾ ਕੇ ਇਹ ਬੁੱਢਾ ਨਾਲਾ ਸਾਫ਼ ਕਰਨਾ ਸੀ। ਅਤੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ, ਜੋ ਲੁਧਿਆਣੇ ਦੇ ਵਿੱਚੋਂ ਆਉਂਦੇ ਨੇ ਵਿਧਾਇਕ ਨੇ, ਉਹਨਾਂ ਦੇ ਵੱਲੋਂ ਨੀਂਹ ਪੱਥਰ ਲਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਇਸ 'ਤੇ ਲਿਖਿਆ ਗਿਆ, ਗੁਰਪ੍ਰੀਤ ਗੋਗੀ ਦਾ ਨਾਮ ਲਿਖਿਆ ਗਿਆ, ਪਰ ਲਗਭਗ 2 ਸਾਲਾਂ ਬਾਅਦ ਵੀ ਇਹ ਨਾਲਾ ਸਾਫ਼ ਨਹੀਂ ਹੋਇਆ, ਜਿਸ ਤੋਂ ਬਾਅਦ ਵਿਧਾਇਕ ਨੇ ਅੱਕ ਕੇ ਇਸ ਨੀਂਹ ਪੱਥਰ ਨੂੰ ਤੋੜ ਦਿੱਤਾ ਹੈ। ਅਤੇ ਉਸਨੇ ਸਿੱਧ ਤੌਰ 'ਤੇ 1 ਹਫ਼ਤੇ ਦਾ ਸਮਾਂ ਦਿੰਦਿਆਂ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ 1 ਹਫ਼ਤੇ ਵਿੱਚ ਕਾਰਵਾਈ ਨਹੀਂ ਹੋਈ, ਕੋਈ ਵੀ ਸਫਾਈ ਪ੍ਰਬੰਧ ਨਾ ਕੀਤਾ ਗਿਆ, ਤਾਂ ਫਿਰ ਅਨਸ਼ਨ ਦੇ ਉੱਤੇ ਭਾਵ ਅੰਦੋਲਨ ਦੇ ਉੱਤੇ ਇਹ ਵਿਧਾਇਕ ਬੈਠਣ ਜਾ ਰਿਹਾ ਹੈ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਵਿਧਾਇਕ ਦੀ ਇਸ ਕਾਰਵਾਈ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਉਹਨਾਂ ਦੇ ਕਿਸੇ ਵੀ ਵਿਧਾਇਕ ਦੇ ਵੱਲੋਂ ਆਪਣੇ ਹੱਥੀਂ ਲਾਇਆ ਨੀਂਹ ਪੱਥਰ ਕਦੇ ਤੋੜਿਆ ਦੇਖਿਆ ਨਹੀਂ ਗਿਆ। ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਵਿਧਾਇਕ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ, ਜੋ ਨੀਂਹ ਪੱਥਰ ਤੋੜਿਆ ਗਿਆ, ਆਪਣੇ ਹੱਥੀਂ ਤੁੜਵਾਇਆ ਗਿਆ, ਉਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਕੀ ਇਸ ਵਿਧਾਇਕ ਨੇ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਸਹੀ ਕੀਤਾ? ਤੁਹਾਨੂੰ ਲੱਗਦਾ ਹੈ ਕਿ ਇਹ ਵਿਰੋਧ ਕਰਨ ਦਾ ਤਰੀਕਾ ਸਹੀ ਹੈ? ਕਿਉਂਕਿ ਉਸਦਾ ਕਹਿਣਾ ਹੈ ਕਿ 2 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ, ਬੁੱਢੇ ਨਾਲੇ ਦੀ ਸਫਾਈ ਨਹੀਂ ਕੀਤੀ ਗਈ, ਗਬਨ ਕੀਤਾ ਗਿਆ, ਪੈਸੇ ਖਾਧੇ ਗਏ ਨੇ ਇਸ ਜੋ ਗ੍ਰਾਂਟ ਜਾਰੀ ਹੋਈ ਸੀ ਇਸ ਦੇ ਵਿੱਚੋਂ। ਤਾਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਮਾਨ ਸਰਕਾਰ ਦੇ ਵੱਲੋਂ ਸਖ਼ਤੀ ਅਪਣਾਉਣੀ ਚਾਹੀਦੀ ਹੈ, ਇਹਨਾਂ ਜੋ ਅਫਸਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਜਾਂ ਫਿਰ ਵਿਧਾਇਕ ਗੋਗੀ ਇੰਨੇ ਪਰੇਸ਼ਾਨ ਹੋ ਗਏ ਨੇ ਕਿ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਤਾਂ ਹੀ ਉਹਨਾਂ ਦੇ ਵੱਲੋਂ ਆਪਣਾ ਇਹ ਨੀਂਹ ਪੱਥਰ ਤੋੜ ਦਿੱਤਾ ਗਿਆ? ਕਿਉਂਕਿ ਵਿਧਾਇਕ ਦਾ ਕਹਿਣਾ ਹੈ ਕਿ ਮਾਨ ਸਰਕਾਰ ਜੋ ਅਸੀਂ ਲੋਕਾਂ ਨੂੰ ਕਹਿ ਕੇ ਆਏ ਸੀ, ਆਪਣੇ ਹਲਕੇ ਦੇ ਵਿੱਚ ਕਹਿ ਕੇ ਆਏ ਸੀ ਕਿ ਅਸੀਂ ਬੁੱਢੇ ਨਾਲੇ ਦੀ ਸਫਾਈ ਕਰਾਵਾਂਗੇ, ਸਾਥੋਂ ਨਹੀਂ ਕਰਵਾਈ ਜਾ ਸਕੀ, ਤਾਂ ਇਸ ਦੇ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ, ਮਾਨ ਸਰਕਾਰ ਨੂੰ ਜਾਂ ਫਿਰ ਅਫਸਰਾਂ ਨੂੰ? ਇਸ 'ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।